ਉਹ ਵੀ ਇੱਕ ਪਲ ਵਿੱਚ ਦੁਖਦਾਈ ਹੋ ਜਾਂਦੀਆਂ ਹਨ। ਜਿਹੜੇ ਪੈਸੇ ਦੇ ਪਿੱਛੇ ਪਰਮਾਤਮਾ ਨੂੰ ਭੁੱਲ ਜਾਂਦੇ, ਸਿਰਫ ਪੈਸਾ ਨਹੀਂ ਮਾਇਆ, ਉਹ ਸਾਰੀਆਂ ਚੀਜ਼ਾਂ ਨੇ, ਸਾਰੀਆਂ ਚੀਜ਼ ਮਾਇਆ ਹੈ ਜਿਹਦੇ ਪਿੱਛੇ ਪਰਮਾਤਮਾ ਨੂੰ ਭੁੱਲਿਆ ਜਾਏ, ਚਾਹੇ ਉਹ ਬੱਚੇ ਹੋਣ, ਚਾਹੇ ਉਹ ਬੁੱਢੀ ਹੋਏ, ਚਾਹੇ ਘਰ ਹੋਏ, ਚਾਹੇ ਕਾਰ ਹੋਏ, ਚਾਹੇ ਪੈਸਾ ਹੋਏ, ਚਾਹੇ ਕੋਈ ਵੀ ਰਿਸ਼ਤੇਦਾਰ, ਚਾਹੇ ਕੋਈ ਵੀ ਦੋਸਤ ਹੋਏ, ਜਿਹਦੇ ਕਰਕੇ ਪਰਮਾਤਮਾ ਭੁੱਲਿਆ ਜਾਏ ਉਹ ਮਾਇਆ ਹੁੰਦੀ ਹੈ। ਉਸ ਦੁਖੀ ਹਾਲਤ ਵਿੱਚ ਕਿਸੇ ਪਾਸ ਵੀ ਨਿੱਤ ਰੋਣ ਦਾ ਕੋਈ ਫਾਇਦਾ ਨਹੀਂ ਹੋਏਗਾ, ਕੋਈ ਲਾਭ ਨਹੀਂ ਹੋਏਗਾ, ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ, ਤੇ ਵਿਛੋੜੇ ਨੂੰ ਦੂਰ ਕਰਨ ਲਈ ਕੋਈ ਵਿਚੋਲਾ ਪਨ ਨਹੀਂ ਕਰ ਸਕਦਾ। ਕੋਈ ਵੀ ਵਿੱਚ ਪੈ ਜਾਏ, ਪਾਤਸ਼ਾਹ ਜੀ ਕਹਿੰਦੇ ਕਿਸੇ ਵੀ ਵਿਚੋਲੇ ਨੂੰ ਤੁਸੀਂ ਵਿੱਚ ਪਾ ਲਓ, ਜਦੋਂ ਤੱਕ ਤੁਹਾਡਾ ਪਰਮਾਤਮਾ ਦੇ ਨਾਲ ਪਿਆਰ ਨਹੀਂ ਨਾ ਪੈਂਦਾ। ਜਿਹੜਾ ਵੀ ਪਰਮਾਤਮਾ ਦੇ ਨਾਲ ਪਿਆਰ, ਜਦੋਂ ਤੁਹਾਡਾ ਪਰਮਾਤਮਾ ਦੇ ਨਾਲ ਪਿਆਰ ਪੈ ਗਿਆ ਨਾ, ਉਸੇ ਵੇਲੇ ਤਤਕਾਲ ਪਾਤਸ਼ਾਹ ਜੀ ਕਹਿੰਦੇ ਤੁਹਾਡੇ ਦੁੱਖ ਦੂਰ ਹੋ ਜਾਣਗੇ, ਨਹੀਂ ਤਾਂ ਫਿਰ ਜਨਮ ਮਰਨ ਦੇ ਗੇੜਿਆਂ ਦੇ ਵਿੱਚ ਹੀ ਚੱਲਣਾ ਪਏਗਾ। ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ, ਵਡਭਾਗੀ ਮੇਰਾ ਪ੍ਰਭ ਮਿਲਿਆ ਤਾਂ ਉਤਰੇ ਸਭ ਵਿਯੋਗ। ਬਾਈ ਵਨ ਓਨ ਐਕਸ਼ਨ ਨਥਿੰਗ ਕੈਨ ਬੀ ਡਨ, ਡੈਸਟੀਨੀ ਵਾਸ ਪ੍ਰੀ ਡਿਟਰਮਾਈਨਡ ਫਰੋਮ ਦਾ ਵੈਰੀ ਬਿਗਨਿੰਗ। By great good fortune, I meet my God and then all pain of separation departs. ਦੁਖੀ ਜੀਵ ਦੀ ਆਪਣੀ ਕੋਈ ਪੇਸ਼ ਨਹੀਂ ਜਾਂਦੀ, ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਹੀ ਲਿਖੇ ਲੇਖਾਂ ਦੀ ਵਿਧ ਆ ਬਣਦੀ ਹੈ। ਹਾਂ, ਜੇ ਚੰਗੇ ਭਾਗਾਂ ਨੂੰ ਪ੍ਰਭੂ ਆਪ ਆ ਮਿਲੇ ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਨੇ। ਪਾਤਸ਼ਾਹ ਜੀ ਕਹਿੰਦੇ ਕਿ ਐਸੀ ਕਿਰਪਾ ਹੋ ਜਾਂਦੀ ਹੈ, ਜਿਹੜੇ ਧੁਰੇ ਧੁਰ ਸੰਜੋਗ ਤੋਂ ਜਿਹੜੇ ਕਰਮ ਲਿਖੇ ਆਏ, ਜਿਹੜੇ ਭਾਗ ਲਿਖੇ ਆਏ ਨਾ, ਉਹ ਤਾਂ ਭੋਗਣੇ ਪੈਣੇ ਹੀ ਹੈ। ਪਰ ਜੇ ਪਰਮਾਤਮਾ ਦੇ ਨਾਲ ਜੁੜੇ ਰਹੀਏ, ਪਰਮਾਤਮਾ ਦੇ ਨਾਲ ਪਿਆਰ ਬਣਾਈਏ, ਸਿਰਫ ਬਾਣੀ ਪੜਨ ਦੇ ਨਾਲ ਨਹੀਂ ਜੇ ਕੁਝ ਹੋਣਾ। ਪਾਤਸ਼ਾਹ ਜੀ ਕਹਿੰਦੇ ਬਾਣੀ ਨੂੰ ਪ੍ਰੈਕਟੀਕਲੀ ਜਦੋਂ ਲਾਈਫ ਦੇ ਵਿੱਚ ਲੈ ਕੇ ਆਉਣ ਲੱਗ ਗਏ ਨਾ, ਕਿਰਤ ਕਰਨ ਲੱਗ ਗਏ, ਵੰਡ ਕੇ ਛਕਣ ਲੱਗ ਗਏ, ਬਾਣੀ ਪੜਨ ਲੱਗ ਗਏ, ਬਾਣੀ ਨੂੰ ਸਮਝਣ ਲੱਗ ਗਏ ਨਾ, ਫਿਰ ਪਾਤਸ਼ਾਹ ਜੀ ਕਹਿੰਦੇ ਕਿ ਪਰਮਾਤਮਾ ਦੇ ਨਾਲ ਪਿਆਰ ਬਣ ਜਾਂਦਾ। ਜਿਸ ਦਿਨ ਪਰਮਾਤਮਾ ਦੇ ਨਾਲ ਪਿਆਰ ਬਣ ਗਿਆ ਨਾ, ਉਸੇ ਦਿਨ ਸਾਰੇ ਦੁੱਖ ਕਲੇਸ਼ ਦੂਰ ਹੋ ਜਾਣਗੇ। ਜਿਵੇਂ ਕਿ ਕੋਈ ਵੀ ਕੋਈ ਬੱਚੇ ਦੇ ਨਾਲ ਜੈਸਾ ਮੋਹ ਹੁੰਦਾ ਨਾ, ਜਿਵੇਂ ਕਿ ਬੱਚੇ ਨੂੰ ਇੱਕ ਦਿਨ ਆਪਾਂ ਨਾ ਦੇਖੀਏ, ਜੈਸਾ ਸਾਡੇ ਅੰਦਰੋਂ ਦੀ ਫੀਲ ਹੁੰਦਾ, ਜੈਸਾ ਸਾਨੂੰ ਰੋਣਾ ਆਉਂਦਾ ਨਾ, ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਐਸਾ ਰੋਣਾ ਆ ਗਿਆ ਨਾ, ਤਾਂ ਸਮਝ ਲੈਣਾ ਕਿ ਪਿਆਰ ਹੋ ਗਿਆ। ਜੈਸਾ ਕਿਸੇ ਰਿਸ਼ਤੇਦਾਰ ਨੂੰ, ਜੈਸਾ ਕਿਸੇ ਮਾਂ ਪਿਓ ਨੂੰ ਮਿਲਣ ਤੋਂ ਜੀ ਤਰਸਦਾ ਨਾ, ਅੰਦਰ ਦੀ ਰੂਹ ਤਰਸ ਜਾਂਦੀ ਹੈ, ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਨੂੰ ਉਹ ਰੂਹ ਤੜਪਣ ਲੱਗ ਗਈ ਨਾ, ਕਿ ਮੈਂ ਉਹਨਾਂ ਨੂੰ ਦੇਖੇ ਬਿਨਾਂ ਨਹੀਂ ਜੀ ਸਕਦਾ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਕਿ ਪਾਤਸ਼ਾਹ ਜੀ, ਮੈਂ ਤਾਂ ਇੱਕ ਸੈਕਿੰਡ ਅਗਰ ਆਪ ਜੀਆਂ ਨੂੰ ਨਾ ਦੇਖਾਂ ਤਾਂ ਮੇਰਾ ਦਿਲ ਨਹੀਂ ਜੇ ਲੱਗਦਾ। ਜਿਵੇਂ ਕਿ ਆਪਣੇ ਬੱਚੇ ਨੂੰ, ਥੋੜਾ ਜਿਹਾ ਵੀ ਬੱਚੇ ਨੂੰ ਕੁਝ ਹੋ ਜਾਏ ਤੇ ਅਸੀਂ ਕਿਤਨੇ ਪਰੇਸ਼ਾਨ ਹੋ ਜਾਂਦੇ ਹਾਂ। ਜਿਸ ਦਿਨ ਇਹ ਪਰੇਸ਼ਾਨੀ ਦਿਮਾਗ ਤੇ ਬੈਠਣ ਲੱਗ ਗਈ ਨਾ, ਕਿ ਜਾ ਕੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੋਟਾ ਰੁਮਾਲਾ ਸਾਹਿਬ ਪਾ ਕੇ ਆਵਾਂ ਕਿ ਠੰਡ ਤਾਂ ਨਹੀਂ ਲੱਗ ਰਹੀ, ਪਤਲਾ ਰੁਮਾਲਾ ਸਾਹਿਬ ਪਾ ਕੇ ਆਵਾਂ, ਪੱਖਾ ਚਲਾ ਕੇ ਆਵਾਂ ਕਿ ਗਰਮੀ ਤਾਂ ਨਹੀਂ ਲੱਗ ਰਹੀ, ਤਾਂ ਸਮਝ ਲੈਣਾ ਕਿ ਪਿਆਰ ਹੋ ਗਿਆ। ਨਾਨਕ ਕੋ ਪ੍ਰਭ ਰਾਖ ਲਹੇ ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੇ ਸਾਧ ਸੰਗ ਬਿਨਸੇ ਸੱਪੇ ਸੋਚ। ਪਲੀਜ਼ ਪ੍ਰੋਟੈਕਟ ਨਾਨਕ God, oh my Lord and Master, please release me from bondage in Katak, in the company of the holy of anxiety vanishes. Nanak dita ehi benti hai, he maya de bandhna to chudavan wale mere malik nanak nu maya de moh to bacha lai. ਕੱਤਕ ਦੀ ਸਵਾਦਲੀ ਰੁੱਤ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਏ, ਉਹਨਾਂ ਦੇ ਵਿਛੋੜੇ ਵਾਲੇ ਸਾਰੇ ਚਿੰਤਾ ਝੋਰੇ ਮੁੱਕ ਜਾਂਦੇ ਹਨ। ਕਹਿੰਦੇ ਜਿਹੜੇ ਕੱਤਕ ਦੇ ਮਹੀਨੇ ਵਿੱਚ ਸਾਧ ਸੰਗਤ ਵਿੱਚ ਆ ਕੇ ਬਹਿ ਜਾਂਦੇ ਨਾ, ਤਾਂ ਸਮਝੋ ਉਹਨਾਂ ਦੇ ਦੁੱਖ ਦੂਰ ਹੋਣੇ ਸ਼ੁਰੂ ਹੋ ਗਏ ਨੇ।
ਉਹਨਾਂ ਦੇ ਸਾਰੇ ਦੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਂਦੇ ਨੇ। ਦੇਖੋ ਭਾਗਾਂ ਦੇ ਖੇਡ ਨੇ ਜੋ ਸਾਡੇ ਕਰਮਾਂ ਦੇ ਵਿੱਚ ਲਿਖਿਆ। ਪਾਤਸ਼ਾਹ ਜੀ ਕਹਿੰਦੇ ਹੋਣਾ ਕੋਈ ਹੈ, ਪਰ ਜੇ ਪਰਮਾਤਮਾ ਦੇ ਨਾਲ ਪਿਆਰ ਪੈ ਜਾਏ, ਜੇ ਪਰਮਾਤਮਾ ਨਾਲ ਆ ਜਾਏ ਨਾ, ਜੇ ਪ੍ਰੋਟੈਕਟ ਕਰਨ ਨੂੰ, ਜੇ ਸਾਡਾ ਸਾਡੀ ਸੁਰੱਖਿਆ ਕਰਨ ਨੂੰ, ਸਾਡੀ ਰੱਖਿਆ ਕਰਨ ਨੂੰ ਜੇ ਪਰਮਾਤਮਾ ਆਪ ਆ ਜਾਏ ਨਾ, ਫਿਰ ਉਹ ਦੁੱਖ ਦੁੱਖ ਨਹੀਂ ਜੇ ਰਹਿ ਜਾਂਦੇ, ਉਹ ਸੁੱਖ ਉਹ ਦੁੱਖ ਸੁੱਖ ਦੇ ਵਿੱਚ ਤਬਦੀਲ ਹੋ ਜਾਂਦੇ ਨੇ, ਉਸੇ ਵੇਲੇ ਉਹ ਬਦਲੇ ਜਾਂਦੇ ਨੇ ਸੁੱਖ ਦੇ ਵਿੱਚ। ਇਸ ਕਰਕੇ ਪਰਮਾਤਮਾ ਦੇ ਨਾਲ ਪਿਆਰ ਪਾਈਏ, ਜਿਹੜਾ ਨਿਤਨੇਮ ਕਰਨਾ ਹੋਰ ਬਾਣੀਆਂ ਜਪਣੀਆਂ, ਉਸ ਬਾਣੀ ਨੂੰ ਪ੍ਰੈਕਟੀਕਲੀ ਆਪਣੀ ਲਾਈਫ ਦੇ ਵਿੱਚ ਲੈ ਕੇ ਆਈਏ, ਤਾਂ ਜਾ ਕੇ ਪਰਮਾਤਮਾ ਦੇ ਨਾਲ ਪਿਆਰ ਪੈਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।